ਕੋਈ ਆਮ ਗੱਲ ਨਹੀਂ, ਇਹ ਕੋਈ ਆਮ ਗੱਲ ਨਹੀਂ, ਇਹ ਮੇਰੇ ਪੈਰਾਂ ਦੇ ਪਈਏ ਨੇ, ਇਹ ਕੋਈ ਆਮ ਗੱਲ ਨਹੀਂ, ਮੇਰੇ ਪੈਰਾਂ ਦੇ ਪਈਏ ਨੇ, ਇਹ ਸੁੱਟੇ ਉਸ ਗੁਲਾਮ ਨੇ ਬਾਬੇ ਨਾਨਕ ਦੇ ਵੀਰ ਪਈਏ ਨੇ। ਸੁੱਟੇ ਦੇ ਬੜੇ ਵੀਹ ਪਏ ਆ ਤੇ ਬਾਬਾ ਨਾਨਕ ਵੀਹ ਦੇ ਲੰਗਰ ਨਾਲ ਕਿੱਥੇ ਕਿੱਥੇ ਆਹਾ। ਮੇਰਾ ਇੱਕ ਸ਼ਬਦ ਆ ਰਿਹਾ, ਉਹ ਗੱਲ ਸੁਣਨ ਵਾਲੀ ਹੈ। ਉਹ ਬਾਵੇ ਦੁਨੀਆ ਦੇ ਮਾਲਕ, ਤੂੰ ਵੀਹ ਦਾ ਲੰਗਰ ਲਾਇਆ, ਕਿੰਨੀ ਦੁਨੀਆ ਨੂੰ ਦਾਤਾ ਤੂੰ ਪੰਗਤ ਵਿੱਚ ਖਵਾਇਆ। ਹੁਣ ਸੁਣਿਓ, ਸ਼ੁਕਰ ਹੈ, ਸ਼ੁਕਰ ਹੈ ਬਾਬੇ ਨਾਨਕ ਕੋਲ 20 ਰੁਪਏ ਸੀ। ਜੇ ਕਿਤੇ ਭੁੱਲ ਭੁਲੇਕੇ 100 ਰੁਪਇਆ ਨਿਕਲ ਆਉਂਦਾ ਨਾ ਤੇ ਪਤਾ ਕੀ ਹੋ ਜਾਂਦਾ। ਵਾਹ ਦੁਨੀਆ ਦੇ ਮਾਲਕ, ਤੂੰ ਵੀ ਦਾ ਲੰਗਰ ਲਾਇਆ, ਕਿੰਨੀ ਦੁਨੀਆ ਨੂੰ ਦਾਤਾ ਤੂੰ ਪੰਗਤ ਵਿੱਚ ਖਵਾਇਆ। ਜੇ ਭੁੱਲ ਭੁਲੇਖੇ 100 ਦਾ ਲੰਗਰ ਲਾ ਦਿੰਦਾ, ਇਹ ਸਾਰੀ ਦੁਨੀਆ ਦਾਤਾ ਵੇਲੀ ਬਿਠਾ ਦਿੰਦਾ, ਫਿਰ ਕੰਮ ਕਰਨ ਦੀ ਜ਼ਰੂਰਤ ਨਹੀਂ ਸੀ। ਜੇ 20 ਰੁਪਏ ਨਿਕਲੇ ਹੁੰਦੇ ਫਿਰ ਕੰਮ ਕਰਨ ਦੀ ਅੱਜ ਲੋੜ ਹੈ, ਜੇ 100 ਨਿਕਲੇ ਹੁੰਦੇ ਤਾਂ ਕੰਮ ਕਰਨ ਦੀ ਲੋੜ ਨਹੀਂ ਸੀ। ਆਪੇ ਲਾਜ ਤੂੰ ਰੱਖ ਲਈ ਕਾਸ਼ੀ ਦੇ ਚੱਲ ਦੇ ਪਈਆਂ ਦੀ, ਮੁੱਕੇ ਨਾ ਸਾਨੂੰ ਵਿਆਜ ਨਾਨਕਾ ਤੇਰੇ 20 ਰੁਪਈਆਂ ਦੀ। ਅੱਜ ਕੱਲ੍ਹ ਦੇ ਲੋਕ ਪਤਾ ਕੀ ਕਹਿੰਦੇ ਆ, ਮੇਰੀ ਅਫਸਰ ਨਾਲ ਯਾਰੀ, ਮੇਰੀ ਮੰਤਰੀ ਨਾਲ ਯਾਰੀ, ਮੇਰੀ ਫਲਾਣੇ ਨਾਲ ਯਾਰੀ। ਤੇ ਬਾਬਾ ਨਾਨਕ ਕੀ ਕਰਕੇ ਗਿਆ, ਕੁੱਲ ਦੁਨੀਆ ਦਾ ਮਾਲਕ ਪਤਾ ਕੀ ਕਰਕੇ ਗਿਆ, ਚਾਰ ਉਦਾਸੀਆਂ ਚਾਰ ਦਿਸ਼ਾਵਾਂ ਉਹਨੇ ਕੀਤੀਆਂ ਵਾਰੋ ਵਾਰੀ, ਜਾਤ ਪਾਤ ਦਾ ਭੇਤ ਮਿਟਾਵੇ ਬਾਲੇ ਮਰਦਾਨੇ ਦੇਹ ਨਾਲ ਯਾਰੀ। ਯਾਰ ਦੇ ਕਿਹਨੂੰ ਬਣਾਇਆ ਹੈ, ਬਾਲੇ ਤੇ ਮਰਦਾਨੇ ਨੂੰ। ਮਰਦਾਨੇ ਦਾ ਨਾਂ ਮਰਦਾਨਾ, ਮਰ ਜਾਣੇ ਤੋਂ ਮਰਦਾਨਾ ਰੱਖਿਆ। ਮਰਦਾਨੇ ਦਾ ਮਤਲਬ ਪਤਾ ਕੀ ਹੈ, ਜਿਹੜਾ ਕਦੇ ਨਾ ਮਰੇ, ਹਮੇਸ਼ਾ ਅਮਰ ਰਵੇ। ਅੱਜ ਕਿਹੜੀ ਉਹ ਕੜੀ ਹੈ, ਕਿਹੜੀ ਉਹ ਗੱਲ ਹੈ, ਜਿੱਥੇ ਬਾਬੇ ਨਾਨਕ ਦਾ ਜ਼ਿਕਰ ਹੋਵੇ ਤੇ ਉੱਥੇ ਮਰਦਾਨੇ ਦਾ ਨਾਂ ਹੋਵੇ। ਸੱਚੀ ਗੱਲ ਹੈ, ਜਾਤ ਪਾਤ ਦਾ ਭੇਦ ਮਟਾਵੇ ਬਾਲੇ ਮਰਦਾਨੇ ਨਾਲ ਯਾਰੀ। ਅੱਜ ਵੀ ਸੋਭਾ ਹੁੰਦੀ ਤੇਰੇ ਚੜ੍ਹਦੀ ਮਈਆਂ ਦੀ, ਮੁੱਕੇ ਨਾ ਸਾਨੂੰ ਵਿਆਜ ਨਾਨਕਾ ਤੇਰੇ 20 ਰੁਪਈਆਂ ਦੀ। ਬੋਲ ਮਿੱਟੀ ਦਿਆ, ਬੋਲ ਆ ਬੋਲ ਮਿੱਟੀ ਦਿਆ, ਬਾਵੇ ਆਵੇ ਤੇਰੇ ਦੁੱਖਾਂ ਨੇ ਮਾਰ ਮੁਕਾ ਲੈ ਵੇ ਮੇਰਾ ਸੋਹਣਾ ਮਾਹੀ ਆ ਜਾ। ਆਵੇ ਆਓ ਕਿਉਂ ਨੀ ਬੋਲਦਾ, ਦਿਲਾਂ ਦੀ ਕੁੰਡੀ ਕਿਉਂ ਨੀ
ਸ਼ਾਮ ਸਵੇਰੇ ਕਾਫਲ ਕੁੜੀਏ ਸੁੱਤਿਆਂ ਰਹਿਣ ਵੀ ਆਈ। ਕੀ ਹੋਇਆ ਨੀ ਤੂੰ ਬਣ ਬੈਠੀ ਬਣ ਫੁੱਲਾ ਰਾਣੀ ਘਰ ਵਿੱਚ ਹੁਕਮ ਨੌ ਦਰਵਾਜੇ ਮਹਿਲ ਤੇਰੇ ਦੇ ਉੱਚਾ ਬਹੁਤ ਨੌ ਦਰਵਾਜੇ ਮਹਿਲ ਤੇਰੇ ਦੇ ਉੱਚਾ ਬਹੁਤ ਜਿਸ ਕੋਲੋਂ ਤੂੰ ਕੋਠਾ ਲਿਖਦਾ ਕਾਗਜ਼ ਨਾ ਕਰਵਾਇਆ ਕਦੀ ਕਿਨਾਰੇ ਢਾਹ ਹਮੇਸ਼ਾ ਕੰਧ ਰੇਤ ਦੀ ਸ਼ਾਮ ਸਵੇਰੇ ਕਾਫਲ ਕੁੜੀਏ ਸੁੱਤਿਆਂ ਰਹਿਣ ਵੀ ਆਈ ਤੇ ਕਿਉਂ ਨੀ ਬੋਲਦਾ ਪੂਰਾ ਕਿਉਂ ਨੀ ਬੋਲ ਮਿੱਟੀ ਬੋਲ ਮਿੱਟੀ ਬੋਲ ਮਿੱਟੀ।